ਗੋਲੀ ਲੱਗੀ ਇਸ ਕਰਕੇ ਵੀਰੇ ਗਰਾਊਂਡ ਖਾਲੀ ਕਰ ਦਿਓ ਜੀ। ਵੀਡੀਓਜ਼ ਅਲਰਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਤਾਂ ਦੋਸਤੋ, ਅਸੀਂ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਲਈ ਕਬੱਡੀ ਨਾਲ ਜੁੜੀਆਂ ਨਵੀਆਂ ਅਪਡੇਟਸ ਲੈ ਕੇ ਆਉਂਦੇ ਰਹਿੰਦੇ ਹਾਂ। ਤਾਂ ਦੋਸਤੋ, ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਬੀਤੇ ਦਿਨੀ ਟਰੋਲੀ ਭਾਈਕੀ ਦੇ ਕਬੱਡੀ ਕੱਪ ਅਤੇ ਕਬੱਡੀ ਦੇ ਸੁਪਰ ਸਟਾਰ ਪਲੇਅਰ ਪਿਸਟਲ ਭਿੰਡਰ ਅਤੇ ਸਰਾਰਤੀ ਅੰਸਰਾਂ ਨੇ ਗੋਲੀ ਦੇ ਨਾਲ ਅਟੈਕ ਕੀਤਾ। ਤਾਂ ਉਸ ਤੋਂ ਬਾਅਦ ਟਰੋਲੀ ਭਾਈਕੀ ਦੀ ਕਬੱਡੀ ਕਮੇਟੀ ਨੇ ਇੱਕ ਫੈਸਲਾ ਲਿਆ। ਤੁਹਾਨੂੰ ਦਿਖਾਉਣਾ ਇਸ ਵੀਡੀਓ ਦੇ ਵਿੱਚ ਕਿ ਕਮੇਟੀ ਨੇ ਪਿਸਟਲ ਭਿੰਡਰ 'ਤੇ ਹੋਏ ਅਟੈਕ ਬਾਰੇ ਕੀ ਬਿਆਨ ਦਿੱਤੇ ਨੇ। ਤਾਂ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਦੇ ਰਹੋ ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਲਦੀ ਜਲਦੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਤਾਂ ਜੋ ਇਹ ਵੀਡੀਓ ਕਬੱਡੀ ਨੂੰ ਚਾਹੁਣ ਵਾਲਿਆਂ ਤੱਕ ਪਹੁੰਚ ਜਾਵੇ। ਤਾਂ ਆਜੋ ਦੇਖਦੇ ਹਾਂ ਕਿ ਟਰੋਲੀ ਭਾਈਕੀ ਦੀ ਕਬੱਡੀ ਕਮੇਟੀ ਨੇ ਕੀ ਕਿਹਾ ਅਟੈਕ ਬਾਰੇ। ਮੈਂ ਪ੍ਰਧਾਨ ਟੂਰਨਾਮੈਂਟ ਕਮੇਟੀ ਟਰੋਲੀ ਭਾਈ ਅਤੇ ਨਾਲ ਮੇਰੇ ਸਰਪੰਚ ਸਰਦਾਰ ਜਸਪਾਲ ਸਿੰਘ ਜੀ ਮੌਜੂਦਾ ਸਰਪੰਚ ਨੇ, ਅਸੀਂ ਜਾਣਕਾਰੀ ਦੇਣਾ ਚਾਹੁੰਦੇ ਹਾਂ। ਕੱਲ੍ਹ ਜੋ ਸਾਡੇ ਗਰਾਊਂਡ ਦੇ ਵਿੱਚ ਮੈਚ ਚੱਲ ਰਹੇ ਸੀ, ਉਸ ਵਕਤ ਬਾਹਰ ਕੋਈ ਜੋ ਵੀ ਘਟਨਾ ਵਾਪਰੀ ਉਹ ਗਰਾਊਂਡ ਤੋਂ ਬਾਹਰ ਹੋਈ। ਸਾਨੂੰ ਉਸਦਾ ਉਸ ਸਮੇਂ ਪਤਾ ਲੱਗਾ ਜਦੋਂ ਮੈਚ ਚੱਲ ਰਹੇ ਸੀ ਅਤੇ ਇੱਕ ਖਿਡਾਰੀ ਜ਼ਖਮੀ ਹਾਲਤ ਦੇ ਵਿੱਚ, ਯਾਨੀ ਕਿ ਉਸਦੀ ਸੱਟ ਲੱਗੀ ਹੋਈ ਸੀ, ਉਹ ਗਰਾਊਂਡ ਦੇ ਵਿੱਚ ਆ ਗਈ ਭੱਜ ਕੇ। ਅਸੀਂ ਉਸੇ ਵਕਤ ਐਂਬੂਲੈਂਸ ਅਤੇ ਪ੍ਰਸ਼ਾਸਨ ਗਰਾਊਂਡ ਦੇ ਵਿੱਚ ਮੌਜੂਦ ਸੀ। ਅਸੀਂ ਉਸਨੂੰ ਐਂਬੂਲੈਂਸ ਸੱਦੀ, ਪਰ ਪ੍ਰਸ਼ਾਸਨ ਅਤੇ ਉਸ ਟੀਮ ਦੇ ਖਿਡਾਰੀ ਜਿਸ 'ਤੇ ਖਿਡਾਰੀ ਦੇ ਸੱਟ ਲੱਗੀ ਸੀ, ਉਹ ਪ੍ਰਸ਼ਾਸਨ ਆਪਦੀ ਗੱਡੀ ਦੇ ਵਿੱਚ ਉਸਨੂੰ ਲੈ ਕੇ ਉਸ ਵਕਤ ਚਲੇ ਗਏ। ਅਸੀਂ ਕਿਸੇ ਅਣਸੁਖਾਵੀਂ ਘਟਨਾ ਦੇ ਡਰ ਤੋਂ ਉਸੇ ਵਕਤ ਟੂਰਨਾਮੈਂਟ ਬੰਦ ਕਰ ਦਿੱਤਾ। ਅਸੀਂ ਦੱਸਣਾ ਚਾਹੁੰਦੇ ਹਾਂ ਜੋ ਵੀ ਘਟਨਾ ਹੋਈ ਉਹ ਗਰਾਊਂਡ ਦੇ ਬਾਹਰ ਹੋਈ ਅਤੇ ਪ੍ਰਸ਼ਾਸਨ ਆਪਦੀ ਕਾਰਵਾਈ ਕਰ ਰਿਹਾ ਹੈ। ਇਸ ਟੂਰਨਾਮੈਂਟ ਕਮੇਟੀ ਦਾ ਅਤੇ ਪੰਚਾਇਤ ਦਾ ਟਰੋਲੀ ਭਾਈ ਦਾ ਇਸ ਨਾਲ ਕੋਈ ਲੈਣ ਦੇਣ ਨਹੀਂ। ਧੰਨਵਾਦ ਜੀ।